ਆਵਸ ਨੇੜੇ ਨੇੜੇ ਵੇ ਢੋਲਾ ਆਵਸ ਨੇੜੇ ਨੇੜੇ ਵੇ ਢੋਲਾ ਸਾਨੂੰ ਹਰ ਦਮ ਤੇਰੀਆਂ ਲੋੜਾਂ ਦੁਨੀਆ ਦੇ ਵਿੱਚ ਸਜਣਾ ਬਾਜੋ ਸਭ ਤੋਂ ਪਹਿਲਾਂ ਹੈ ਕਿ ਮੈਂ 1934 ਵਿੱਚ 16 ਨਵੰਬਰ ਨੂੰ ਇਸ ਜ਼ਮੀਨ 'ਤੇ ਆਈ ਔਰ ਆਪਣੀ ਮਾਂ ਦੇ ਸਹਿਯੋਗ ਨਾਲ ਉਹਨਾਂ ਦੀ ਕਿਰਪਾ ਨਾਲ ਔਰ ਲਾਹੌਰ ਵਿੱਚ ਮੈਂ ਜੰਮੀ ਜਿਹੜਾ ਇਸ ਵੇਲੇ ਪਾਕਿਸਤਾਨ ਵਿੱਚ ਹੈ ਅਤੇ ਮੇਰਾ ਜਿਹੜਾ ਨਾੜੂ ਹੈ ਨਾਲ ਜਿਹਨੂੰ ਕਹਿੰਦੇ ਨੇ ਨਾੜੂ ਉਹ ਉੱਥੇ ਦੱਬਿਆ ਹੋਇਆ ਅਤੇ ਅੱਧਾ ਮੇਰਾ ਜਿਸਮ ਦਾ ਹਿੱਸਾ ਉੱਥੇ ਹੀ ਆ ਲਈ ਅਤੇ ਚੈਂਬਰਲੈਨ ਰੋਡ ਇੱਕ ਸੜਕ ਹੁੰਦੀ ਸੀ ਉਹ ਡਾਕਟਰਾਂ ਦੀ ਸੜਕ ਸੀ ਸਾਰੇ ਡਾਕਟਰ ਸਨ ਦੋਨਾਂ ਪਾਸੇ ਅਤੇ ਮੇਰੇ ਪਿਤਾ ਜੀ ਵੀ ਡਾਕਟਰ ਸਨ ਅਤੇ ਅਸੀਂ ਚੈਂਬਰਲੈਨ ਰੋਡ 'ਤੇ ਰਹਿੰਦੇ ਸੀ ਥੱਲੇ ਸਭ ਦੇ ਕਲੀਨਿਕ ਸਨ ਉੱਥੇ ਰਹਿਣ ਦੀਆਂ ਥਾਵਾਂ ਸਨ ਰਹਿਣ ਦੇ ਫਲੈਟ ਸਨ ਅਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ ਅਤੇ ਉੱਥੇ ਮੈਂ ਜੰਮੀ ਔਰ ਉੱਥੇ ਹੀ ਫਿਰ ਥੋੜ੍ਹੀ ਵੱਡੀ ਹੋਈ ਉੱਥੇ ਹੀ ਸਕੂਲੇ ਦਾਖਲ ਕਰਵਾ ਦਿੱਤਾ ਮੇਰੇ ਪਿਤਾ ਜੀ ਨੇ ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਨਹੀਂ ਸਕੂਲ ਨਹੀਂ ਭੇਜਣਾ ਕੁੜੀਆਂ ਚੌੜ ਹੋ ਜਾਂਦੀਆਂ ਨੇ ਅਤੇ ਉਹਨਾਂ ਘਰ ਗਵਰਨੈਂਸ ਰੱਖ ਦਿੱਤੀ ਪੜ੍ਹਾਉਣ ਵਾਸਤੇ ਇੱਕ ਮਾਸਟਰ ਵੀ ਰੱਖਿਆ ਫਿਰ ਮਾਸਟਰ ਨਾਲ ਉਹ ਗੁੱਸੇ ਹੋ ਗਏ ਫਿਰ ਉਹਨਾਂ ਸਕੂਲ ਵਿੱਚ ਦਾਖਲ ਕਰਾ ਦਿੱਤਾ ਸੈਕਰਡ ਹਾਰਟ ਸਕੂਲ ਹੁੰਦਾ ਸੀ ਕੋਨਵੈਂਟ ਸੀ ਆਇਰਿਸ਼ ਨੰਦ ਹੁੰਦੀਆਂ ਸੀ ਅਤੇ ਉੱਥੋਂ ਹੀ ਮੇਰਾ ਜਿਹੜਾ ਨਾਂ ਹੈ ਉਹ ਕੇ ਦੀ ਥਾਂ 'ਤੇ ਸੀ ਮੈਂ ਲਿਖਦੀ ਹਾਂ ਇਹ ਉੱਥੇ ਹੀ ਸ਼ੁਰੂ ਹੋਇਆ ਕਿਉਂਕਿ ਜਿਹੜੀਆਂ ਆਇਰਿਸ਼ ਨੰਦ ਸਨ ਉਹਨਾਂ ਨੂੰ ਸਮਝਾਉਣਾ ਨਹੀਂ ਸੀ ਆਉਂਦਾ ਕਿ ਪ੍ਰੋਨਾਸੀਏਸ਼ਨ ਸੀ ਔਰ ਕੇ ਦਾ ਕੀ ਫਰਕ ਦੱਸੀ ਇਹ ਪੰਜਾਬੀ ਬੱਚਿਆਂ ਨੂੰ ਇਹਨਾਂ ਨੂੰ ਸੀ ਬੋਲਣਾ ਹੀ ਨਹੀਂ ਆਉਂਦਾ ਅਤੇ ਉਹ ਕਹਿੰਦੇ ਸੀ ਕਿ ਸੀ ਜਿਹੜੀ ਹੈ ਨਾ ਉਹਨੂੰ ਇੱਥੋਂ ਗਲੇ ਦੇ ਵਿੱਚ ਹਵਾ ਭਰ ਲਓ ਖ ਨੋਟ ਕ ਫਿਰ ਕਹਿੰਦੀਆਂ ਸੀ ਕਿ ਮੈਸਕੁਲਿਨ ਹੈਗਾ ਸੀ ਸੋਫਟਵੇਅਰ ਹੈ ਇਹ ਫੈਮਿਨਿਨ ਹੈ ਅਤੇ ਮੈਂ ਕਿਹਾ ਹਟਾਓ ਫਿਰ ਕਿ ਮੈਸਕੁਲਿਨ ਕੀ ਕਰ ਰਿਹਾ ਮੇਰੇ ਨਾਂ 'ਚ ਹੌਲੀ ਹੌਲੀ ਨੋਟ ਦੈਟ ਯੰਗ ਹਾਲੀ ਇੰਨੀ ਛੋਟੀ ਮੈਂ ਜਦੋਂ ਸੀ ਉਦੋਂ ਤਾਂ ਨਹੀਂ ਪਰ ਦਿਮਾਗ 'ਚ ਰਹੀ ਗੱਲ ਕਿ ਮੈਸਕੁਲਿਨ ਹੈ ਔਰ ਸੀ ਫੈਮਿਨਿਨ ਹੈ ਔਰਤ ਲਿੰਗ ਹੈ ਪੁਲਿੰਗ ਅਤੇ ਸੋ ਇਸ ਕਰਕੇ ਮੈਂ ਆਪਣਾ ਨਾਂ ਕੇ ਦੀ ਥਾਂ 'ਤੇ ਸੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਖੈਰ ਉੱਥੇ ਫਿਰ ਉੱਥੋਂ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਜੀ ਹਿਤਕਾਰੀ ਜੀ ਹੁੰਦੇ ਸੀ ਕਰਤਾਰ ਸਿੰਘ ਹਿਤਕਾਰੀ ਉਹ ਆਏ ਸਾਡੇ ਘਰ ਅਤੇ ਉਹਨਾਂ ਪਿਤਾ ਜੀ ਨੂੰ ਬਹੁਤ ਡਾਂਟਿਆ ਕਿ ਅੰਗਰੇਜ਼ੀਆਂ ਪੜ੍ਹਾਉਣ ਵਾਲੇ ਸਕੂਲੇ 'ਚ ਤੁਸੀਂ ਦਾਖਲ ਕਰਾ ਦਿੱਤਾ ਉੱਥੇ ਪੰਜਾਬੀ ਤਾਂ ਪੜ੍ਹਾਉਂਦੇ ਹੀ ਨਹੀਂ ਔਰ ਮੇਰੇ ਨਾਨਾ ਜੀ ਬਹੁਤ ਵੱਡੇ ਧਾਰਮਿਕ ਆਗੂ ਸਨ ਗੁਜਰਾਂ ਵਾਲੇ ਵਿੱਚ ਅਤੇ ਉਹ ਕਰਤਾਰ ਸਿੰਘ ਅਧਿਕਾਰੀ ਵੀ ਗੁਜਰਾਂ ਵਾਲੇ ਤੋਂ ਹੀ ਆਏ ਸੀ ਅਤੇ ਉਹਨਾਂ ਦੇ ਬੜੇ ਚੇਲੇ ਸਨ ਉਹ ਕਹਿਣ ਲੱਗੇ ਬਾਪੂ ਈਸ਼ਵਰ ਸਿੰਘ ਦੀ ਦੋਤਰੀ ਹੋਏ ਔਰ ਉਹਨੂੰ ਪੰਜਾਬੀ ਨਾ ਪੜ੍ਹੇ ਇਹਨੂੰ ਉਠਾਓ ਉਸ ਸਕੂਲੋਂ ਮੇਰੇ ਹਵਾਲੇ ਕਰੋ 6 ਮਹੀਨੇ ਮੈਂ ਇਹਨੂੰ ਪੰਜਾਬੀ ਪੜ੍ਹਾਉਣਾ ਉਠਾ ਲਿਆ ਸਕੂਲੋਂ ਉਦੋਂ ਖੇਡ ਤਮਾਸ਼ਾ ਹੁੰਦਾ ਸੀ ਨਾ ਕੁੜੀਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਦਾ ਕੋਈ ਖਾਸ ਮਤਲਬ ਨਹੀਂ ਸੀ ਹੁੰਦਾ ਉਹਨਾਂ ਨੂੰ ਆਰੇ ਲਾਉਣ ਵਾਸਤੇ ਸਕੂਲ ਦਾਖਲ ਕਰਾ ਦਿਓ ਨਾ ਸਕੂਲ ਚੰਗਾ ਲੱਗੇ ਉਠਾ ਲਓ ਸੋ ਉਠਾ ਕੇ ਕਰਤਾਰ ਸਿੰਘ ਹਿਤਕਾਰੀ ਦੇ ਹਵਾਲੇ ਮੈਨੂੰ ਕਰ ਦਿੱਤਾ ਔਰ ਮੈਂ 8 ਸਾਲਾਂ ਦੀ ਸੀ ਜਦੋਂ ਮੈਂ ਪੜ੍ਹ ਰਹੀ ਸੀ ਹੀਰ ਰਾਂਝਾ ਅਤੇ ਸੱਸੀ ਪੁੰਨੂ ਅਤੇ ਮਿਰਜ਼ਾ ਸਾਹਿਬਾਂ ਅਤੇ
ਅਤੇ ਗੁਰਬਾਣੀ ਅਤੇ ਕਈ ਕੁਛ। ਔਰ 8.5 ਸਾਲ ਦੀ ਸੀ ਜਦੋਂ ਨਾ ਮੈਨੂੰ ਕੁੱਛੜ ਚੁੱਕ ਕੇ ਲੈ ਜਾਂਦੇ ਸੀ, ਮੈਂ ਰੋਂਦੀ ਸੀ, ਮੈਂ ਨਹੀਂ ਜਾਣਾ ਧਿਆਨ ਦੇਣ, ਕੁੱਛੜ ਚੁੱਕ ਕੇ ਲੈ ਜਾਂਦੇ ਸੀ, ਮੈਨੂੰ ਇਮਤਿਹਾਨ ਦਵਾ ਦਿੰਦੇ ਸੀ, ਉੱਥੇ ਜਾ ਕੇ ਕੁਰਸੀ 'ਤੇ ਬਿਠਾ ਦੇਣਾ, ਮੈਂ ਕਹਿਣਾ ਮੈਂ ਬਾਹਰ ਹੀ ਹਾਂ, ਫਿਕਰ ਨਾ ਕਰ, ਅਤੇ ਉੱਥੇ ਮੈਂ ਇਮਤਿਹਾਨ ਦੇ ਆਉਣਾ। ਸੋ 8.5 ਸਾਲ ਦੀ ਸੀ ਜਦੋਂ ਬੁੱਧੀਮਾਨੀ, ਦੈਟ ਇਜ਼ ਗ੍ਰੈਜੂਏਸ਼ਨ ਇਨ ਪੰਜਾਬੀ, ਉਹ ਮੈਂ ਕਰ ਲਈ। ਤਾਂ ਬੜੀਆਂ ਅਖਬਾਰਾਂ ਦੇ ਫਰੰਟ ਪੇਜਸ 'ਤੇ ਤਸਵੀਰਾਂ ਛਪੀਆਂ, ਔਰ ਮੈਂ ਡਰੀ ਹੋਈ, ਸਹਿਮੀ ਹੋਈ, ਉਹਨਾਂ ਤਸਵੀਰਾਂ ਦੇ ਵਿੱਚ ਬੈਠੀ ਹੋਈ। ਔਰ ਬੀਜੀ ਨੇ ਕਿਹਾ, ਉਦੋਂ ਤੱਕ ਮੈਂ ਫਰਾਕਾਂ ਪਾਉਂਦੀ ਸੀ, ਬੀਜੀ ਨੇ ਕਿਹਾ ਨਹੀਂ, ਜੇ ਅਖਬਾਰ ਵਿੱਚ ਤਸਵੀਰ ਛਪਣੀ ਹੈ ਫਰਾਕ ਵਾਲੀ ਨਹੀਂ ਛਪ ਸਕਦੀ, ਇਹਨੂੰ ਸਲਵਾਰ ਕਮੀਜ਼ ਪਾਓ। ਅਤੇ ਉਹਨਾਂ ਫਟਾਫਟ ਇੱਕ ਸਾਟਨ ਦੀ ਸਲਵਾਰ ਸੀ ਦਿੱਤੀ ਅਤੇ ਇੱਕ ਸਾਟਨ ਦੀ ਕਮੀਜ਼ ਸੀ ਦਿੱਤੀ, ਘਰੋਂ ਕੱਪੜਾ ਜਿਹੜਾ ਮਿਲਿਆ ਉਹ ਉਹਨਾਂ ਸਿਉਂ ਦਿੱਤਾ। ਹੁਣ ਸਾਟਨ ਦੀ ਸਲਵਾਰ, ਸਾਟਨ ਦੀ ਕਮੀਜ਼, ਉੱਤੇ ਬਨਾਰਸੀ ਦੁਪੱਟਾ ਲਿਆ ਹੋਏ, ਸਿਰ ਢੱਕਿਆ ਹੋਏ, 8.5 ਸਾਲ ਦਾ ਬੱਚਾ, ਉਹ ਦੁਪੱਟਾ ਖਿਸਕੀ ਜਾਏ, ਸਲਵਾਰ ਮੈਨੂੰ ਲੱਗਾ ਲੱਥ ਜਾਏਗੀ, ਚੁੰਨੀ ਤਿਲਕ ਜਾਏਗੀ, ਬਸ ਉਹਦੇ ਨਾਲ ਹੀ ਨਾ ਮੈਂ ਐਸਾ ਕੱਸੀ ਹੋਈ, ਆਪਣੇ ਆਪ ਨੂੰ ਕੱਸ ਕੇ ਬੈਠੀ ਹੋਈ। ਅਤੇ ਉਹ ਮੇਰੀਆਂ ਤਸਵੀਰਾਂ ਸਾਰੀਆਂ ਅਖਬਾਰਾਂ 'ਚ ਛਪੀਆਂ ਸੀ। ਉਸ ਤੋਂ ਬਾਅਦ ਸਵਾਲ ਉੱਠਿਆ ਸੀ ਯੂਨੀਵਰਸਿਟੀ 'ਚ ਕਿ 8.5 ਸਾਲ ਦਾ ਬੱਚਾ ਕਿਸ ਤਰ੍ਹਾਂ ਯੂਨੀਵਰਸਿਟੀ ਇਮਤਿਹਾਨ ਦੇ ਗਿਆ। ਫਿਰ ਉਹਨਾਂ ਨੇ ਕਾਨੂੰਨ ਬਣਾਇਆ ਕਿ 14 ਸਾਲ ਤੋਂ ਘੱਟ ਦਾ ਬੱਚਾ ਯੂਨੀਵਰਸਿਟੀ ਐਗਜ਼ਾਮ ਨਹੀਂ ਦੇ ਸਕਦਾ। ਸੋ ਉਹ ਰਿਕਾਰਡ ਹੈ ਮੇਰਾ ਜਿਹੜਾ ਟੁੱਟ ਹੀ ਨਹੀਂ ਸਕਦਾ ਕਿਉਂਕਿ ਕਾਨੂੰਨ ਬਦਲ ਗਿਆ। ਸੋ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਸੈਕਰਡ ਹਾਰਟ ਨੇ ਕਿਹਾ ਸੀ ਵਾਪਸ ਨਹੀਂ ਲੈਣਾ, ਤੁਸੀਂ 6-8 ਮਹੀਨਿਆਂ ਬਾਅਦ ਆ ਰਹੇ ਹੋ। ਫਿਰ ਮੈਨੂੰ ਹਿਤਕਾਰੀ ਜੀ ਨੂੰ ਉਦੋਂ ਤੱਕ ਨੌਕਰੀ ਮਿਲ ਗਈ ਸੀ ਖਾਲਸਾ ਸਕੂਲ, ਹਿਤਕਾਰੀ ਜੀ ਨੇ ਕਿਹਾ ਇਹਨੂੰ ਇੱਥੇ ਦਾਖਲ ਕਰਾ ਦਿਓ। ਤੋ ਕਿੱਥੇ ਮੈਂ 2nd ਕਲਾਸ ਵਿੱਚ ਪੜ੍ਹਦੀ ਸੀ, ਵਿੱਚੋਂ ਬੁੱਧੀਮਾਨੀ ਹੋ ਕੇ ਮੈਂ 8ਵੀਂ 'ਚ ਦਾਖਲ ਕਰਾ ਦਿੱਤਾ, 8ਵੀਂ 'ਚ ਦਾਖਲ ਕਰਾਇਆ, ਹਾਲੀ ਸਾਲ ਵੀ ਨਹੀਂ ਸੀ ਹੋਇਆ ਅਤੇ ਪਾਕਿਸਤਾਨ ਬਣ ਗਿਆ। ਫਿਰ ਅਸੀਂ ਉਦੋਂ ਹਾਲੀ ਛੁਰੇ ਵੱਜਣੇ ਸ਼ੁਰੂ ਹੋਏ ਸੀ, ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਸੀ, ਕਤਲ ਸ਼ੁਰੂ ਹੋਏ ਸੀ ਮਈ ਦੇ ਵਿੱਚ 1947। ਅਤੇ ਮੇਰੇ ਪਿਤਾ ਜੀ ਨੇ ਅਤੇ ਮਾਂ ਨੇ ਕਿਹਾ ਵੀ ਇਹ ਤਾਂ 4-5 ਦਿਨਾਂ ਦਾ ਰੌਲਾ ਹੈ, ਇਹ ਕੋਈ ਹਮੇਸ਼ਾ ਥੋੜ੍ਹੀ ਰਹਿਣਾ, ਇਹ ਥੋੜ੍ਹੇ ਦਿਨਾਂ ਵਾਸਤੇ ਦਿਲ ਲੋਲੋਂ ਬਾਹਰ ਚਲੇ ਜਾਂਦੇ ਹਾਂ। ਅਤੇ ਮੇਰੀ ਮਾਸੀ ਰਹਿੰਦੀ ਸੀ ਸ਼ਿਮਲੇ, ਉਹਨਾਂ ਕਿਹਾ ਸੀ ਕੋਠੀ ਇੱਥੇ ਬੁੱਕ ਕਰ ਦਿੰਦੇ ਹਾਂ, ਤੁਸੀਂ ਇੱਥੇ ਆ ਜਾਓ। ਅਤੇ ਅਸੀਂ ਸ਼ਿਮਲੇ ਚਲੇ ਗਏ, ਸ਼ਿਮਲਿਓਂ ਫਿਰ ਵਾਪਸ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੋਇਆ। ਉਹ ਝਗੜੇ ਵੱਧਦੇ ਗਏ, ਕਤਲ ਵੱਧਦੇ ਗਏ, ਅੱਗਾਂ ਲੱਗਣੀਆਂ ਵੱਧਦੀਆਂ ਗਈਆਂ, ਔਰ ਆਖਰ ਦੇ ਵਿੱਚ ਅੱਧੀ ਰਾਤੀ ਪਤਾ ਲੱਗਾ ਕਿ ਪਾਕਿਸਤਾਨ ਬਣ ਗਿਆ ਔਰ ਲਾਹੌਰ ਉੱਧਰ ਚਲਾ ਗਿਆ। ਮੇਰੇ ਪਿਤਾ ਜੀ ਜਿਸ ਵੇਲੇ ਅਸੀਂ ਰਾਤੀ ਸੁੱਤੇ ਹਾਂ, ਉਸ ਉੱਤੇ ਰੇਡੀਓ ਸੁਣ ਰਹੇ ਸੀ, ਅਸੀਂ ਸੌਂ ਗਏ, ਅਸੀਂ ਸੁੱਤੇ ਹਾਂ ਅਤੇ ਉਹਨਾਂ ਦੀ ਦਾੜੀ ਕਾਲੀ ਸੀ, ਅਸੀਂ ਸਵੇਰੇ ਉੱਠੇ ਹਾਂ ਅਤੇ ਉਹ ਵਾਈਟ ਹੋਈ ਹੋਈ ਸੀ। ਉਹਨਾਂ ਨੂੰ ਇੰਨਾ ਸ਼ੌਕ ਲੱਗਾ ਕਿ ਲਾਹੌਰ ਉੱਧਰ ਚਲਾ ਗਿਆ, ਮੇਰੇ ਸਾਰੀ ਪ੍ਰੋਪਰਟੀ ਚਲੀ ਗਈ ਹੈ, ਔਰ ਉਹਨਾਂ ਦੇ ਪੇਰੈਂਟਸ ਵੀ ਉੱਥੇ ਸਨ, ਮੇਰੇ ਦਾਦਾ ਦਾਦੀ, ਅਤੇ ਉੱਥੇ ਰਹਿ ਗਏ ਨੇ। ਹੁਣ ਉਹਨਾਂ ਨੂੰ ਕਿਸਾ ਮੈਂ ਕੱਢ ਕੇ ਲਿਆਵਾਂਗਾ, ਬਸ ਇੰਨੇ ਸਦਮੇ ਨਾਲ ਉਹਨਾਂ ਦੀ ਦਾੜੀ ਚਿੱਟੀ ਹੋ ਗਈ, ਦਾੜੀ ਦੀਵਾਲ ਚਿੱਟੀ ਹੋ ਗਈ। ਖੈਰ ਫਿਰ ਹੌਲੀ ਹੌਲੀ ਉੱਥੋਂ ਰਿਵਾਈਵ ਕਰਨਾ ਸ਼ੁਰੂ ਕੀਤਾ, ਫਿਰ ਮੈਨੂੰ ਮੈਡੀਕਲ ਪ੍ਰੀ ਮੈਡੀਕਲ ਵਿੱਚ ਦਾਖਲ ਕਰਾ ਦਿੱਤਾ ਇਹਨਾਂ। ਉਹਨਾਂ ਨੇ ਦੱਸਿਆ ਕਿ 8ਵੀਂ 'ਚ ਦਾਖਲ ਸੀ, ਉਹਨਾਂ ਕਿਹਾ ਕਿ 10ਵੀਂ ਦਾ ਇਮਤਿਹਾਨ ਦਿੱਤਾ ਸੀ, ਪੇਪਰ ਛੱਡ ਗਏ ਨੇ, ਝੂਠ ਬੋਲਿਆ, ਤਾਂ ਕਿ ਮੈਨੂੰ ਵੱਡੀ ਕਲਾਸ 'ਚ ਐਡਮਿਸ਼ਨ ਮਿਲ ਜਾਏ। ਅਤੇ ਮੈਂ ਹਾਲੇ ਪਾਕਿਸਤਾਨ ਬਣਿਆ ਹੀ ਹੈ, 4-5 ਮਹੀਨੇ ਹੀ ਹੋਏ ਸੀ ਕਿ ਅਸੀਂ ਫਿਰ ਜਲੰਧਰ ਚਲੇ ਗਏ, ਉੱਥੇ ਮੈਨੂੰ ਪ੍ਰੀ ਮੈਡੀਕਲ 'ਚ ਐਡਮਿਸ਼ਨ ਦਵਾ ਦਿੱਤਾ। ਹਾਲੇ 5-6 ਦਿਨ ਹੋਏ ਸੀ ਕਿ ਉਹਨਾਂ ਕਿਹਾ ਅੱਜ ਡਾਈਸੈਕਸ਼ਨ ਦਾ ਦਿਨ ਹੈ ਐਨਾਟਮੀ ਦਾ, ਅਤੇ ਉਹਨਾਂ ਇੱਕ ਡੱਡੂ ਲਿਆ ਕੇ ਉਹਨੂੰ ਬੇਹੋਸ਼ ਕੀਤਾ, ਉਹਨੂੰ ਉਲਟਾ ਲਟਾਇਆ, ਉਹਦਾ ਢਿੱਡ ਉੱਤੇ ਸੀ ਵਾਈਟ ਵਾਈਟ, ਔਰ ਉਹਦੀ ਪਿੱਠ ਥੱਲੇ ਸੀ, ਉਹਨੂੰ ਲਟਾ ਕੇ ਉਹਦੇ ਪੈਰਾਂ ਦੇ ਵਿੱਚ ਪਿੰਨ ਖੋਭਿਆ ਸਾਡੇ ਟੀਚਰ ਨੇ,
ਜਿਸ ਵੇਲੇ ਤਿੰਨ ਖੋਭਿਆ ਮੈਂ ਬੇਹੋਸ਼ ਹੋ ਕੇ ਠੱਗ ਗਈ। ਔਰ ਫਿਰ ਮੈਨੂੰ 3 ਮਹੀਨੇ ਹੋਸ਼ ਨਹੀਂ ਆਇਆ, 3 ਮਹੀਨੇ ਹਾਈ ਫੀਵਰ, ਉਹ ਬੁਖਾਰ ਬੜਾ ਉੱਚਾ ਔਰ ਮੈਂ ਬੇਹੋਸ਼। ਮੇਰੇ ਕੋਲ ਉਹ ਬਰਦਾਸ਼ਤ ਹੀ ਨਹੀਂ ਹੋਇਆ ਉਹ ਪਿੰਨ ਖੋਭਣਾ ਉਹਦੇ ਪੈਰੇ 'ਚ। ਖੈਰ ਤੂੰ ਇੰਨਾ ਕਿਹਾ ਕਿਸੇ ਕੰਮ ਦੀ ਨਹੀਂ, ਇਹਨੇ ਮੈਡੀਕਲ ਸ਼ੈਡੀਕਲ ਨਹੀਂ ਕਰਨਾ, ਇਹਨੂੰ ਗਿਆਨੀ ਕਰਾ ਦਿਓ। ਇਹਨੂੰ ਹੁਣ ਇੰਗਲਿਸ਼ ਓਨਲੀ ਹੁੰਦਾ ਸੀ ਕਿ ਜਿਹੜੇ ਰੈਫਿਊਜੀਜ਼ ਨੇ ਉਹ BA 2 ਪਾਰਟਸ 'ਚ ਕਰ ਸਕਦੇ ਸੀ, ਪਹਿਲਾਂ ਖਾਲੀ ਅੰਗਰੇਜ਼ੀ ਔਰ ਫਿਰ 2 ਸਬਜੈਕਟ। ਤੋ ਖਾਲੀ ਅੰਗਰੇਜ਼ੀ ਵਾਲਾ ਇੱਕ ਢਾਬੇ ਵਰਗਾ ਕਾਲਜ ਸੀ, ਬਿਲਕੁਲ ਜਿਸ ਤਰ੍ਹਾਂ ਦੁਕਾਨ ਹੁੰਦੀ ਹੈ, ਅਤੇ ਉਹ ਕਰੋਲ ਬਾਗ, ਉਹਦੇ ਵਿੱਚ ਮੈਨੂੰ ਦਾਖਲ ਕਰਾ ਦਿੱਤਾ। ਉੱਥੇ ਹੀ ਸਨ ਬਸ ਜਲੰਧਰ ਨਹੀਂ, ਇੱਥੇ ਦਿੱਲੀ ਦਾਖਲ ਕਰਾ ਦਿੱਤਾ ਕਰੋਲ ਬਾਗ। ਉੱਥੇ ਸਨ ਮੈਨੇਜਰ ਸਾਹਿਬ ਵੱਡੇ, ਔਰ ਇਹਨਾਂ ਮੈਨੂੰ ਕਿਹਾ ਹੌਲੀ ਹੌਲੀ ਕਿ ਤੈਨੂੰ ਕਮਿਊਨਿਜ਼ਮ ਬਾਰੇ ਕੁਛ ਪਤਾ ਹੈ? ਮੈਂ ਕਿਹਾ ਨਹੀਂ, ਮੈਂ ਛੋਟੀ ਜਿਹੀ ਸੀ। ਹੁਣ ਉਹ ਕਲਾਸਾਂ ਟੱਪ ਟੱਪ ਕੇ BA ਦੇ ਵਿੱਚ ਪਹੁੰਚ ਗਈ ਸੀ, ਅਤੇ ਇਹਨਾਂ ਕਿਹਾ ਕਿ ਅੱਛਾ ਮੈਂ ਤੈਨੂੰ ਪੜ੍ਹਾਉਣਾ ਵਾਂ ਫਿਰ। ਅਤੇ ਉਦੋਂ ਕਮਿਊਨਿਸਟ ਪਾਰਟੀ ਬੈਨ ਹੁੰਦੀ ਸੀ, ਸੋ ਪਤਾ ਨਹੀਂ ਕਿਉਂ ਬੈਨ ਸੀ, ਸਰਦਾਰ ਪਟੇਲ ਨੇ ਬੈਨ ਕੀਤੀ ਹੋਈ ਸੀ। ਅਤੇ ਇਹਨਾਂ ਦਾ ਇੱਕ ਪਨਵਈਆ ਗੁਰਦੁਆਰੇ ਦੇ ਬਾਹਰ, ਸਾਡਾ ਗੁਰਦੁਆਰੇ ਦੇ ਸਾਹਮਣੇ ਸੀ ਸਕੂਲ, ਅਤੇ ਗੁਰਦੁਆਰੇ ਦੇ ਬਾਹਰ ਉਹ ਗੁਟਕੇ ਵਗੈਰਾ ਵੇਚਦੇ ਨੇ ਨਾ, ਕੜੇ ਔਰ ਗੁਟਕੇ, ਉਹਦੀ ਦੁਕਾਨ ਸੀ ਉਹਨਾਂ ਦੀ। ਅਤੇ ਉਹ ਗੁਟਕਿਆਂ ਦੇ ਪਿੱਛੇ ਉਹਨਾਂ ਛੁਪਾ ਕੇ ਕਾਲ ਮਾਰਕਸ ਔਰ ਏਜਲਸ ਰੱਖੇ ਹੁੰਦੇ ਸੀ, ਉੱਥੋਂ ਇਹਨਾਂ ਲੈ ਆਉਣਾ ਅਤੇ ਮੈਨੂੰ ਪੜ੍ਹਾਉਣਾ। ਇਸ ਤਰ੍ਹਾਂ ਮੈਂ ਹੌਲੀ ਹੌਲੀ ਕਮਿਊਨਿਸਟ ਪਾਰਟੀ ਦੀ ਲਹਿਰ ਦੇ ਵਿੱਚ ਮੈਂ ਵੜ ਗਈ। ਔਰ ਫਿਰ ਤਾਂ ਅਸੀਂ ਸਾਰੀ ਰਾਤ ਬਹਿ ਕੇ ਪੋਸਟਰ ਵੀ ਬਣਾਏ, ਕਿਉਂਕਿ ਬੈਨ ਸੀ ਪਾਰਟੀ, ਇਸ ਕਰਕੇ ਉਹਨਾਂ ਦੇ ਕੋਈ ਵੀ ਪੋਸਟਰ ਛਪ ਨਹੀਂ ਸੀ ਸਕਦੇ, ਅਤੇ ਉਹ ਸਾਡੇ ਵਰਗੇ ਬੱਚੇ ਬਹਿ ਕੇ ਬਣਾਉਂਦੇ ਹੁੰਦੇ ਸੀ ਉਹਨਾਂ ਦੇ ਪੋਸਟਰ। ਅਤੇ ਇੱਕ ਨੀਲੀ ਸ਼ਾਹੀ ਦੀ, ਇੱਕ ਕਾਲੀ ਸ਼ਾਹੀ ਦੀ ਦੁਆਤ ਰੱਖੀ ਦੀ ਸੀ, ਇੱਕ ਲਾਲ ਸ਼ਾਹੀ ਦੀ, ਅਤੇ ਲਾਲ ਸ਼ਾਹੀ ਦੇ ਨਾਲ ਦਾਤਰੀ ਹਥੌੜਾ ਬਣਾਈਦਾ ਸੀ ਉੱਤੇ, ਅਤੇ ਕਾਲੀ ਸ਼ਾਹੀ ਦੇ ਨਾਲ ਪੋਸਟਰ ਲਿਖੀਦਾ ਸੀ, ਤਾਂ ਮੁੰਡੇ ਰਾਤੋਂ ਰਾਤ ਜਾ ਕੇ ਲੇਵੀ ਨਾਲ ਚਿਪਕਾ ਦਿੰਦੇ ਸੀ ਕੰਨਾਂ 'ਤੇ। ਸੋ ਉਹ ਬੜਾ ਪੈਸ਼ਨ ਹੁੰਦਾ ਸੀ ਕਿ ਅਸੀਂ ਕੁਝ ਚੰਗਾ ਕੰਮ ਕਰ ਰਹੇ ਹਾਂ, ਅਸੀਂ ਦੇਸ਼ ਦੇ ਭਲੇ ਵਾਸਤੇ ਇੱਕ ਨਵੀਂ ਸੋਚ ਜਿਹੜੀ ਹੈ, ਜਿਹੜੀ ਰਸ਼ੀਆ ਤੋਂ ਆਈ ਹੈ ਸੋਵੀਅਟ ਯੂਨੀਅਨ ਤੋਂ, ਉਸ ਸੋਚ ਨੂੰ ਇੱਥੇ ਲਾਗੂ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਦਾ ਭਲਾ ਕਰਨ ਵਾਸਤੇ, ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਵਾਸਤੇ। ਬੜਾ ਜੋਸ਼ ਹੁੰਦਾ ਸੀ ਕੰਮ ਕਰਨ ਦਾ, ਅਤੇ ਨਾਲ ਨਾਲ ਪੜ੍ਹਾਈ ਚੱਲਦੀ ਗਈ। BA ਪਹਿਲਾਂ ਅੰਗਰੇਜ਼ੀ ਕੀਤਾ, ਉਸ ਤੋਂ ਬਾਅਦ ਮੈਂ ਕਰਨਾ ਸੀ ਅੰਗਰੇਜ਼ੀ ਦੇ ਹੀ ਲਿਟਰੇਚਰ ਦਾ, ਨਹੀਂ ਅੰਗਰੇਜ਼ੀ ਦਾ ਹੋ ਗਿਆ ਔਰ ਇਕਨੋਮਿਕਸ ਔਰ ਪੋਲੀਟੀਕਲ ਸਾਇੰਸ ਦੇ ਬਾਕੀ 2 ਸਬਜੈਕਟਸ ਦਾ ਹੋ ਗਿਆ। ਉਸ ਤੋਂ ਬਾਅਦ ਮੈਂ ਫਾਦਰ ਨੇ ਕਿਹਾ ਕਿ ਬਸ ਹੁਣ ਹੋਰ ਪੜ੍ਹਾਉਣ ਦੀ ਨਹੀਂ ਲੋੜ, ਹੁਣ ਤੂੰ ਘਰ ਬੈਠ, ਰੋਟੀ ਪਕਾਉਣਾ ਸਿੱਖ, ਕੋਈ ਸਿਲਾਈ ਕਢਾਈ ਸਿੱਖ, ਕੋਈ ਅਕਲ ਦਾ ਕੰਮ ਸਿੱਖ, ਪੜ੍ਹਾਈਆਂ ਬਹੁਤ ਹੋ ਗਈਆਂ। ਸੋ ਮੈਂ ਭੁੱਖ ਹੜਤਾਲ ਕੀਤੀ ਹੋਈ ਸੀ, ਅਤੇ ਸਾਡੇ ਘਰ ਆਏ ਇੱਕ ਪ੍ਰਿੰਸੀਪਲ ਹੁੰਦੇ ਸੀ ਨਿਰੰਜਨ ਸਿੰਘ, ਉਹ ਮੇਰੇ ਪਿਤਾ ਜੀ ਦੇ ਵੀ ਟੀਚਰ ਰਹੇ ਸਨ ਕਿਸੇ ਜ਼ਮਾਨੇ ਦੇ ਵਿੱਚ। ਉਹ ਆਏ ਕਿ ਮੇਰੇ ਕੋਲ ਤਾਂ ਮਕਾਨ ਨਹੀਂ ਹੈਗਾ, ਅਤੇ ਮਕਾਨ ਅਸੀਂ ਨਵਾਂ ਨਵਾਂ ਬਣਾਇਆ ਸੀ, ਅਸੀਂ ਹਾਲੀ ਕਿਰਾਏ ਦੇ ਮਕਾਨੇ 'ਚ ਰਹਿੰਦੇ ਸੀ, ਅਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਉਹ ਲੈ ਲਓ, ਤੁਸੀਂ ਮੇਰੇ ਗੁਰੂ ਹੋ, ਤੁਸੀਂ ਉਹ ਮਕਾਨ ਖਾਲੀ ਪਿਆ ਹਾਲੀ, ਅਸੀਂ ਸ਼ਿਫਟ ਨਹੀਂ ਕੀਤਾ, ਤੁਸੀਂ ਉਹ ਲੈ ਲਓ। ਅਤੇ ਉਹ ਬੜੇ ਖੁਸ਼ ਹੋਏ, ਉਹਨਾਂ ਫਿਰ ਇੱਧਰ ਦੇਖਿਆ ਮੈਂ, ਕਿਉਂਕਿ ਉਹਨਾਂ ਵਾਸਤੇ ਲੱਸੀ ਲੁੱਸੀ ਲੈ ਕੇ ਗਈ ਸੀ। ਮੈਨੂੰ ਕਹਿੰਦੇ ਨੇ ਤੂੰ ਕੀ ਕਰਨੀ ਹੈ? ਮੈਂ ਕਿਹਾ ਜੀ ਕੁਛ ਨਹੀਂ। ਕਹਿੰਦੇ ਤੂੰ ਪੜ੍ਹਦੀ ਨਹੀਂ? ਮੈਂ ਕਿਹਾ ਜੀ ਬਸ ਮੈਂ ਪੜ੍ਹ ਬੈਠੀ ਹਾਂ। ਕੀ ਪੜ੍ਹ ਬੈਠੀ ਹੈ? ਮੈਂ ਕਿਹਾ BA ਕਰ ਬੈਠੀ ਹਾਂ, ਅਤੇ MA ਕਿਉਂ ਨਹੀਂ ਕਰਦੀ? ਮੈਂ ਕਿਹਾ ਜੀ ਪਤਾ ਨਹੀਂ ਦਾਸ ਜੀ ਕਹਿੰਦੇ ਨੇ ਕੋਈ ਲੋੜ ਨਹੀਂ।
ਤਾਂ ਦਾਦੀ ਕੋਲ ਹੀ ਬੈਠੇ ਸੀ ਮੇਰੇ ਪਿਤਾ ਜੀ, ਅਤੇ ਉਹਨਾਂ ਨੂੰ ਘੂਰਿਆ ਕਿ ਕਿਉਂ ਨਹੀਂ ਲੋੜ, ਅਤੇ ਉਹਨਾਂ ਕਿਹਾ ਨਹੀਂ ਕਿੱਥੇ ਭੇਜਾਂਗੇ ਇਹ ਵਿਚਾਰੀ, ਕਿੱਥੇ ਇਕੱਲੀ ਜਾਏਗੀ, ਉਹਨਾਂ ਕਿਹਾ ਕਿਉਂ ਨਹੀਂ ਜਾਏਗੀ, ਸਾਰੀਆਂ ਕੁੜੀਆਂ ਇਕੱਲੀਆਂ ਜਾਂਦੀਆਂ ਨੇ, ਇਹਨੂੰ ਇਕੱਲੀਆਂ ਜਾਂਦੀਆਂ ਕੀ ਹੁੰਦਾ, ਅਤੇ ਉਹਨਾਂ ਮੇਰੇ ਪਿਤਾ ਜੀ ਨੂੰ ਡਾਂਟਿਆ ਡੂੰਟਿਆ ਔਰ ਕਿਹਾ ਕਿ ਮੈਂ ਮੈਂ ਜਿਸ ਕੋਲਜ ਦਾ ਪ੍ਰਿੰਸੀਪਲ ਹਾਂ ਉਹ ਹੁੰਦਾ ਸੀ ਕੈਂਪ ਕੋਲਜ, ਅਤੇ ਉਹਦੇ ਵਿੱਚ ਤੁਸੀਂ ਲੈ ਆਉਣਾ, ਉਹ ਸ਼ਾਮੀ ਹੁੰਦੀਆਂ ਸੀ ਕਲਾਸਾਂ, ਉਹਦੇ ਲੈ ਆਉਣਾ ਅਤੇ ਐੱਮ ਏ ਦੇ ਵਿੱਚ ਦਾਖਲਾ ਕਰਵਾ ਦਿਓ। ਸੋ ਮੈਨੂੰ ਲੈ ਗਏ ਅਗਲੇ ਦਿਨ ਦਾਸ ਜੀ, ਉਹਨਾਂ ਤੋਂ ਡਰਦਿਆਂ, ਪ੍ਰਿੰਸੀਪਲ ਨਰਿੰਦਰ ਸਿੰਘ ਤੋਂ ਡਰਦਿਆਂ ਲੈ ਗਏ, ਔਰ ਜਿਸ ਵੇਲੇ ਦਾਖਲ ਕਰਵਾਉਣ ਲੱਗੇ ਮੈਨੂੰ ਕਹਿੰਦੇ ਕਿਹੜਾ ਸਬਜੈਕਟ ਲੈਣਾ, ਮੈਂ ਕਿਹਾ ਇੰਗਲਿਸ਼ ਲਿਟਰੇਚਰ, ਅਤੇ ਕਹਿੰਦੇ ਨੇ ਭਰ ਦਿੱਤਾ, ਉਹਦੇ ਕੋਲੋਂ ਪੁੱਛਿਆ ਮੈਨੇਜਰ ਕੋਲੋਂ ਕਿ ਕਲਾਸਾਂ ਕਿੰਨੇ ਵਜੇ ਲੱਗਦੀਆਂ ਨੇ, ਉਹਨੇ ਕਿਹਾ ਕਿ ਉਹ ਤਾਂ ਤੀਜਾ ਔਰ ਚੌਥਾ ਪੀਰੀਅਡ ਲੱਗਦਾ, 5:30 ਸ਼ਾਮੀ ਕਲਾਸ ਕੋਲਜ ਸ਼ੁਰੂ ਹੁੰਦਾ ਸੀ, ਉਹਨਾਂ ਕਿਹਾ ਇੱਥੇ ਰਾਤ ਪੈ ਜਾਏਗੀ, ਇਕੱਲੀ ਕਿਸ ਤਰ੍ਹਾਂ ਆਏਗੀ, ਨਹੀਂ ਨਹੀਂ ਇੰਗਲਿਸ਼ ਲਿਟਰੇਚਰ ਨਹੀਂ ਲੈਣਾ, ਹੋਰ ਕੀ ਲੈਣਾ, ਮੈਨੇ ਕਿਹਾ ਪੋਲੀਟੀਕਲ ਸਾਇੰਸ, ਪੋਲੀਟੀਕਲ ਸਾਇੰਸ ਦੀਆਂ ਵੀ ਕਲਾਸਾਂ ਲੇਟ ਸਨ, ਬਾਕੀ ਕੀ ਬਚਿਆ ਇਕਨੋਮਿਕਸ, ਇਕਨੋਮਿਕਸ ਦੀਆਂ 5:30 ਸ਼ੁਰੂ ਹੋ ਜਾਂਦੀਆਂ ਸੀ, ਚਲੋ ਇਕਨੋਮਿਕਸ ਲੈਣੀ ਹੈ ਤਾਂ ਲਵੋ, ਨਹੀਂ ਤਾਂ ਕੱਲ੍ਹ ਚੱਲੋ। ਸੋ ਇਕਨੋਮਿਕਸ ਇੱਕੋ ਹੀ ਚੀਜ਼ ਸੀ ਜਿਹਦੇ ਨਾਲ ਮੈਨੂੰ ਸਖ਼ਤ ਨਫ਼ਰਤ ਸੀ, ਸੋ ਕਿਉਂਕਿ ਕੋਲਜ ਦਾਖਲ ਹੋ ਰਹੀ ਸੀ ਇਸ ਕਰਕੇ ਕਮ ਅਜ਼ ਕਮ ਕੋਲਜ 'ਤੇ ਆਉਣਾ ਮਿਲੇ ਤੋ ਇਕਨੋਮਿਕਸ ਲੈ ਲਏ, ਤੋ ਇਕਨੋਮਿਕਸ ਵਿੱਚ ਐੱਮ ਏ ਕਰ ਲਿਆ, ਐੱਮ ਏ ਕਰਦਿਆਂ ਹੀ ਵਿਆਹ ਹੋ ਗਿਆ, ਉਹਨਾਂ ਕਿਹਾ ਇੱਦਾਂ ਵਿਆਹ ਕਰੋ, ਮੇਰੀ ਮਾਂ ਬਿਮਾਰ ਰਹਿੰਦੀ ਸੀ, ਉਹਨੇ ਕਿਹਾ ਮੇਰੇ ਮਰਨ ਤੋਂ ਪਹਿਲੇ ਇੱਦਾਂ ਕਰ ਦਿਓ, ਮਰੀ ਨਹੀਂ ਉਹ, ਕਿੰਨੇ ਸਾਲ ਨਹੀਂ ਮਰੀ ਫਿਰ, ਔਰ ਆਰਾਮ ਨਾਲ ਜੀਵੀ, ਲੇਕਿਨ ਮੈਨੂੰ ਘਰੋਂ ਕੱਢਣਾ ਸੀ, ਕੱਢ ਦਿੱਤਾ, ਅਤੇ ਮੈਂ ਹਾਲੇ 17 ਸਾਲਾਂ ਦੀ ਸੀ, 17-18 ਸਾਲ ਦੀ ਸੀ, ਵਿਆਹ ਹੋ ਗਿਆ, ਔਰ ਮੈਂ 19 ਸਾਲਾਂ ਦੀ ਸੀ ਜਦੋਂ ਮੇਰੀ ਪਹਿਲੀ ਧੀ ਅਲਪਨਾ ਇਹ ਜੰਮ ਪਈ। ਬਸ ਫਿਰ ਗਰਦੋ ਗੁਬਾਰ ਸ਼ੁਰੂ ਹੋ ਗਿਆ, ਬੱਚਾ ਸਾਂਭੋ, ਘਰ ਸੰਭਾਲੋ, ਨੌਕਰੀ ਕਰੋ, ਨੌਕਰੀ ਮੇਰੇ ਖਾਵਨ ਨੇ ਕਿਹਾ ਕਿ ਤੂੰ ਨੌਕਰੀ ਕਰਨੀ, ਆਪਣੇ ਪੈਸੇ ਖੁਦ ਕਮਾਉਣੇ ਨੇ ਆਪਣੀ ਰੋਟੀ ਦੇ, ਮੈਂ ਤੈਨੂੰ ਰੋਟੀ ਨਹੀਂ ਖਵਾ ਸਕਦਾ, ਆਪਣੇ ਔਰ ਆਪਣੀ ਕੁੜੀ ਵਾਸਤੇ ਖੁਦ ਕਮਾਉਣੇ ਨੇ। ਸੋ ਸਵੇਰੇ ਸਵੇਰੇ ਉੱਠ ਕੇ ਦੌੜੋ, ਸਕੂਲ ਜਾਓ, ਨੌਕਰੀ ਕਰੋ, ਵਾਪਸ ਆਓ, ਬੱਚੇ ਨੂੰ ਸੰਭਾਲੋ, ਘਰ ਸੰਭਾਲੋ, ਮਤਲਬ ਇੱਕ ਐਸੀ ਉਹ ਸੀ ਦੌੜ ਜਿਹਦੇ ਵਿੱਚ ਮੈਨੂੰ ਲੱਗਦਾ ਸੀ ਕਿ ਮੈਂ ਮਰ ਜਾਵਾਂ ਤਾਂ ਬੈਟਰ ਹੈ, ਮੌਤ ਬੈਟਰ ਲੱਗਦੀ ਸੀ, ਲੇਕਿਨ ਉਹ ਜਿੰਨਾ ਚਿਰ ਜਿੰਦਾ ਰਹਿਣਾ ਉਹਨਾਂ ਚਿਰ ਤਾਂ ਜਿਉਣਾ ਹੀ ਹੈ। ਸੋ ਜਿੰਦੀ ਰਹੀ, ਫਿਰ ਇੱਕ ਹੋਰ ਬੇਟੀ ਪੈਦਾ ਹੋਈ, ਉਹ ਫਿਰ ਗੁਆਚ ਗਈ। ਬਸ ਜਦੋਂ ਮੈਂ ਐਮਏ 'ਚ ਪੜ੍ਹਦੀ ਸੀ ਉਦੋਂ ਸ਼ੁਰੂ ਕਰ ਦਿੱਤੀ ਅਸੀਂ ਲਿਖਣੀਆਂ, ਮੇਰਾ ਖਿਆਲ ਹੈ ਜਦੋਂ ਮੈਂ ਇਹਨਾਂ ਦੇ ਕੋਲਜ ਪੜ੍ਹਦੀ ਸੀ ਉਦੋਂ ਪਹਿਲੀ ਕਹਾਣੀ ਲਿਖੀ ਸੀ, ਅਤੇ ਮੇਰੇ ਖਾਵਨ ਨੇ ਮਨਾ ਕਰ ਦਿੱਤਾ ਸੀ, ਖਬਰਦਾਰ ਕੋਈ ਕਹਾਣੀ ਕੋਈ ਨਹੀਂ ਲਿਖੀ, 8 ਸਾਲ ਮੈਂ ਕੋਈ ਕਹਾਣੀ ਨਹੀਂ ਲਿਖੀ, ਫੈਸਲਾ ਕਰ ਲਿਆ ਕਿ ਹੁਣ ਬਹੁਤ ਹੋ ਗਿਆ, ਇਹ ਨਹੀਂ ਨਿਭ ਸਕਦਾ ਸਾਡਾ ਰਿਸ਼ਤਾ। ਫਿਰ ਮੈਂ ਵੱਖਰੀ ਹੋ ਗਈ, ਆਪਣੇ ਪੇਰੈਂਟਸ ਕੋਲ ਚਲੀ ਗਈ, ਤਾਂ ਪੇਰੈਂਟਸ ਕਹਿਣ ਉੱਧਰ ਜਾ, ਮੇਰੇ ਘਰ ਵਾਲਾ ਕਹੇ ਜਾ ਪੇਰੈਂਟਸ ਕੋਲ ਦਾ, ਪੇਰੈਂਟਸ ਕਹਿਣ ਨਹੀਂ ਆਪਣੇ ਘਰ ਜਾ, ਆਪਣਾ ਘਰ ਅਤੇ ਘਰ ਵਾਲੇ ਦਾ ਘਰ ਹੁੰਦਾ ਨਾ। ਸੋ ਇਸੇ ਤਰ੍ਹਾਂ ਠੁੱਡੇ ਖਾਂਦਿਆਂ 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 ਮੈਂ ਉੱਧੜ ਗਈ, ਉੱਧੜ ਜਾਂਦਾ ਨਾ ਬੰਦਾ, ਉਸ ਤਰ੍ਹਾਂ ਉੱਧੜ ਗਈ, ਸਭ ਫੁੱਟਬਾਲ ਉੱਧੜ ਜਾਂਦਾ। ਲੇਕਿਨ ਸ਼ੁਰੂ ਵਿੱਚ ਇੱਕ ਰਹੀ ਕਿ ਜਿਹੜਾ ਔਰਤ ਮਰਦ ਦੇ ਸੰਬੰਧ ਨੇ ਉਹਨਾਂ ਦੇ ਬਾਰੇ ਪਹਿਲੀ ਵਾਰੀ ਪੰਜਾਬੀ ਦੇ ਵਿੱਚ ਮੈਂ ਹੀ ਗੱਲ ਕੀਤੀ, ਔਰਤ ਮਰਦ ਦੇ ਰਿਸ਼ਤੇ ਬਾਰੇ ਜਿਹਦੇ ਵਿੱਚ ਸੈਕਸ ਵੀ ਸ਼ਾਮਿਲ ਹੈ, ਅਤੇ ਮੈਂ ਗੱਲ ਕੀਤੀ, ਇਸ ਕਰਕੇ ਉਸ ਤੋਂ ਬਾਅਦ ਮੈਂ ਕਈ ਕਹਾਣੀਆਂ ਲਿਖੀਆਂ ਜਿਹੜੀਆਂ ਰਾਜਨੀਤਿਕ ਨੇ, ਜਿਹੜੀਆਂ ਟੈਰਰਿਜ਼ਮ ਨਾਲ ਸੰਬੰਧ ਰੱਖਦੀਆਂ ਨੇ, ਜਿਹੜੀਆਂ ਦੁਨੀਆ ਦੇ ਹੋਰ ਤਮਾਮ ਵਿਸ਼ਿਆਂ ਨਾਲ ਸੰਬੰਧ ਰੱਖਦੀਆਂ ਨੇ, ਲੇਕਿਨ ਉਹ ਜਿਹੜੀ ਛਾਪ ਹੈ ਨਾ ਕਿ ਔਰਤ ਮਰਦ ਦੇ ਸੰਬੰਧਾਂ ਬਾਰੇ ਗੱਲ ਕਰਦੀ ਹੈ, ਉਹ ਮੇਰੇ 'ਤੇ ਲੱਗੀ ਹੋਈ ਹੈ ਕਿ ਸਿਰਫ ਉਹ ਹੀ ਲਿਖਦੀ ਹੈ, ਸਿਰਫ ਉਹ ਹੀ ਨਹੀਂ ਲਿਖਦੀ, ਮੈਂ ਬੜੇ ਡਿਫਰੈਂਟ ਲੈਂਦੀ ਹਾਂ।
ਸ਼ੈਲੀ ਵਿੱਚ ਥੋੜ੍ਹੀ ਕਵਿਤਾ ਵੀ ਹੈ, ਥੋੜ੍ਹੀ ਨਜ਼ਾਕਤ ਵੀ ਹੈ, ਨਫਾਸਤ ਵੀ ਹੈ। ਸ਼ੈਲੀ ਮੇਰੀ ਅਲੱਗ ਹੈ, ਇਹ ਮੈਨੂੰ ਪਤਾ ਹੈ। ਪੰਜਾਬੀ ਬੋਲੀ ਤਾਂ ਬੋਲਣ ਵਾਲੇ ਬੋਲਦੇ ਹੀ ਰਹਿਣਗੇ। ਪੰਜਾਬੀ ਸਾਹਿਤ ਥੋੜ੍ਹਾ ਜਿੰਨੀ ਮੈਂ ਮਾਯੂਸ ਹਾਂ। ਬਸ ਜਦੋਂ ਮੇਰੀ ਛੋਟੀ ਧੀ ਦੀ ਮੌਤ ਹੋਈ, ਉਹਦੇ ਨਾਂ ਦਾ ਇੱਕ ਡੀਡੀਏ ਦਾ ਫਲੈਟ ਬੁੱਕ ਕੀਤਾ ਹੋਇਆ ਸੀ ਮੇਰੇ ਪਿਤਾ ਜੀ ਨੇ। ਦੋਨਾਂ ਮੇਰੀਆਂ ਕੁੜੀਆਂ ਦੇ ਨਾਂ 'ਤੇ ਦੋ ਫਲੈਟ ਬੁੱਕ ਕੀਤੇ ਹੋਏ ਸੀ, ਰਜਿਸਟਰ 'ਚ ਆਏ ਹੋਏ ਸੀ। ਅਤੇ ਉਹਦਾ ਫਲੈਟ ਨਿਕਲ ਆਇਆ ਅਤੇ ਉਹ ਫਲਾਤ ਗਈ ਹੋਈ ਸੀ। ਮੈਂ ਕਿਹਾ ਉਹ ਆਪੇ ਆ ਕੇ ਕਬਜ਼ਾ ਲੈ ਗਈ, ਉਹ ਨਾ ਵਾਪਸ ਆਈ ਨਾ ਉਹ ਕਬਜ਼ਾ ਲਿਆ। ਫਿਰ ਵਾਈਸ ਚੇਅਰਮੈਨ ਮੇਰਾ ਵਾਕਫ ਸੀ, ਉਹ ਘਰ ਆਇਆ ਅਫਸੋਸ ਕਰ, ਉਹਨੇ ਕਿਹਾ ਉਹ ਕਬਜ਼ਾ ਤਾਂ ਲੈ ਲਓ, ਉੱਥੇ ਤਾਂ ਕੋਈ ਬਹਿ ਜਾਏਗਾ, ਪੈਸੇ ਤੁਸੀਂ ਦਿੱਤੇ ਹੋਏ ਨੇ ਸਾਰੇ, ਅਤੇ ਉੱਥੇ ਕੋਈ ਉਹਦੀ ਯਾਦ ਦੇ ਵਿੱਚ ਕੁਛ ਕਰੋ, ਜੇ ਤੁਹਾਡਾ ਨਹੀਂ ਦਿਲ ਕਰਦਾ ਉੱਥੇ ਰਹਿਣ 'ਤੇ। ਤਾਂ ਮੈਂ ਉਹ ਕਬਜ਼ਾ ਲੈ ਕੇ ਫਿਰ ਉੱਥੇ ਸ਼ੁਰੂ ਕੀਤਾ ਸੀ। ਉੱਥੇ ਇਮਾਰਤਾਂ ਬਣ ਰਹੀਆਂ ਸੀ ਆਸ ਪਾਸ, ਅਤੇ ਛੋਟੀਆਂ ਛੋਟੀਆਂ ਕੁੜੀਆਂ ਵਿਹਲੀਆਂ ਆਪਣੇ ਨਿੱਕੇ ਭੈਣਾਂ ਭਰਾਵਾਂ ਨੂੰ ਦੇਖਦੀਆਂ, ਉਹ ਘੁੰਮ ਰਹੀਆਂ ਹੁੰਦੀਆਂ ਸੀ। ਅਤੇ ਮੈਂ ਉਹਨਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪੜ੍ਹਾਉਣਾ, ਪੇਂਟਿੰਗ ਸਿਖਾਉਣੀ। ਔਰ ਇੱਕ ਉਹਨਾਂ ਜ਼ਮਾਨਿਆਂ 'ਚ ਬੜਾ ਐਕਸਪੋਰਟ ਹੁੰਦਾ ਸੀ ਕੱਪੜੇ, ਜਿਨ੍ਹਾਂ 'ਤੇ ਰੰਗ ਹੋਇਆ ਹੋਏ ਜਾਂ ਕੋਈ ਡਿਜ਼ਾਇਨ ਬਣਿਆ ਹੋਏ। ਤੋ ਵੇਲਾ ਬੂਟੇ ਕੱਢਣ ਵਾਲੀ, ਵੇਲਾ ਬੂਟੇ ਛਾਪਣ ਵਾਲੀ, ਉਹ ਲੈ ਕੇ ਬਲੋਕਸ ਅਤੇ ਰੰਗ ਦੇ ਵਿੱਚ ਉਹ ਕੱਪੜੇ ਨੂੰ ਬਣਾ ਕੇ, ਟੈਕਸਟਾਈਲ ਡਿਜ਼ਾਇਨਿੰਗ ਉਹਨੂੰ ਕਹਿੰਦੇ ਨੇ, ਉਹ ਕਰਕੇ ਅਸੀਂ ਵੇਚ ਦਿੰਦੇ ਸੀ, ਤਾਂ ਉਹ ਕੁੜੀਆਂ ਦੇ ਪੈਸੇ ਵੀ ਬਣ ਜਾਂਦੇ ਸੀ। ਇਸ ਦਾ ਸ਼ੁਰੂ ਹੋਈ ਹੈ NGO। ਅਤੇ ਫਿਰ ਮੈਂ ਇੱਕ ਬਹੁਤ ਵੱਡਾ ਕੰਮ ਇੰਦਰਾ ਗਾਂਧੀ ਨੇ ਮੈਨੂੰ ਦਿੱਤਾ ਸੀ ਕਰਨ ਵਾਸਤੇ, ਕਿ ਤੂੰ ਜਿਹੜੀਆਂ ਇੰਪੋਰਟੈਂਟ ਔਰਤਾਂ ਨੇ ਉਹਨਾਂ ਦੀ ਇੱਕ ਡਾਇਰੈਕਟਰੀ ਬਣਾ। ਅਤੇ ਉਹ ਮੈਂ ਬਣਾ ਰਹੀ ਸੀ, ਮੈਂ ਦੁਖੀ ਹੋ ਜਾਂਦੀ ਸੀ ਕਿ ਬਹੁਤ ਵੱਡਾ ਕੰਮ ਸੀ ਉਹ, ਅਤੇ ਮੈਂ ਕਹਿੰਦੀ ਸੀ ਮੇਰੇ ਕੋਲ ਨਹੀਂ ਹੁੰਦਾ। ਫਿਰ ਮੈਨੂੰ ਬ੍ਰੈਕਫਾਸਟ 'ਤੇ ਬੁਲਾ ਲੈਂਦੀ ਸੀ ਇੰਦਰਾ ਗਾਂਧੀ, ਅਤੇ ਉਹਨੇ ਇੱਕ ਦਿਨ ਪੁੱਛਿਆ ਕਿ ਤੂੰ ਹੋਰ ਕੀ ਕਰਨੀ ਹੈ। ਮੈਂ ਕਿਹਾ ਇਹ ਤਾਂ ਸਿਆਪਾ ਤੁਸੀਂ ਮੇਰੇ ਗੱਲ ਪਾ ਦਿੱਤਾ ਹੈ, ਮੈਂ ਕਰ ਰਹੀ ਹਾਂ, ਲੇਕਿਨ ਹੋਰ ਮੈਂ ਇੱਕ ਪਰਚਾ ਕੱਢਦੀ ਹਾਂ, ਇੱਕ ਮੈਂ ਮੈਗਜ਼ੀਨ ਕੱਢਦੀ ਸੀ, ਉਹ ਇਹਨਾਂ ਨੂੰ ਪਤਾ ਕਿਉਂਕਿ ਇਹਨਾਂ ਦੀ ਮਦਦ ਲੈਂਦੀ ਸੀ ਉਹਦੇ ਵਿੱਚ, ਉਹ ਕੱਢਦੀ ਸੀ ਜਿਹੜੇ ਇਕਨੋਮਿਕਸ ਦਾ ਜਨਰਲ ਟ੍ਰੇਡ ਦਾ, ਅਤੇ ਉਹ ਕੱਢਦੀ ਸੀ। ਅਤੇ ਮੈਂ ਕਿਹਾ ਹੋਰ ਮੈਂ ਐਸਾ ਕੁੜੀਆਂ ਜਿਹੜੀਆਂ ਸਲੰਮਸ ਦੀਆਂ ਨੇ, ਜਿਹੜੇ ਕੰਮ ਕਰ ਰਹੇ ਨੇ ਇਮਾਰਤਾਂ ਬਣਾਉਣ ਦਾ, ਉਹਨਾਂ ਦੀਆਂ ਕੁੜੀਆਂ ਨੇ, ਉਹਨਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਮੈਂ ਪੜ੍ਹਾਉਂਦੀ ਹਾਂ, ਉਹਨਾਂ ਨੂੰ ਸਿਲਾਈ ਸਿਖਾਉਂਦੀ ਹਾਂ, ਉਹਨਾਂ ਨੂੰ ਟੈਕਸਟਾਈਲ ਡਿਜ਼ਾਇਨਿੰਗ ਸਿਖਾਉਂਦੀ ਹਾਂ। ਉਹ ਬੜੀ ਇੰਪ੍ਰੈਸ ਹੋਈ, ਕਹਿੰਦੀ ਹੈ ਅਤੇ ਉਹ ਬਿਲਕੁਲ ਅਨਪੜ੍ਹ ਕੁੜੀਆਂ ਨੂੰ ਤੂੰ ਲੈ ਲੈਂਦੀ ਹੈ। ਮੈਂ ਕਿਹਾ ਹਾਂ ਬਿਲਕੁਲ ਅਨਪੜ੍ਹ, ਕਦੀ ਉਹ ਪੜ੍ਹੀਆਂ ਸਕੂਲ ਗਈਆਂ ਹੀ ਨਹੀਂ। ਅਤੇ ਉਹ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਕਿਉਂ ਨਹੀਂ ਹੋ ਸਕਦਾ, ਕਿ ਦਿੱਲੀ ਦੇ ਵਿੱਚ ਜਿਹੜਾ ਹੈਗਾ ਗਰੀਬ ਕੁੜੀਆਂ ਨੂੰ ਸਿਖਾਉਣ ਦਾ, ਗਰੀਬ ਕੁੜੀਆਂ ਮੁੰਡਿਆਂ ਨੂੰ ਸਿਖਾਉਣ ਦਾ, ਉੱਥੇ ਇਹ ਵੇ ਕਿ ਘੱਟੋ ਘੱਟ BA ਪਾਸ ਹੋਏ ਬੰਦਾ। IIT ਜਿਹੜੇ ਦਿੱਲੀ ਦਾ ਹੈ, ਉਹ ਦੇ ਵਾਂਟ ਗ੍ਰੈਜੂਏਟਸ, ਅਤੇ ਉਹ ਗ੍ਰੈਜੂਏਟ ਜਿਹੜਾ ਬੰਦਾ ਉਹ ਨਲਕਾ ਠੀਕ ਕਰਨਾ, ਪਲੰਬਿੰਗ ਦਾ ਕੰਮ ਸਿੱਖ ਰਿਹਾ ਹੋਏ ਜਾਂ ਬਿਜਲੀ ਦਾ ਕੰਮ ਸਿੱਖ ਰਿਹਾ ਹੋਏ, ਉਹਦੇ ਕੀ ਉਹਦੇ 'ਚ ਦਿਲ ਹੋਣਾ। ਅਤੇ ਉਹ ਤਾਂ ਸੜਦਾ ਫੁੜਦਾ ਕਰ ਰਿਹਾ ਸੀ, ਅਤੇ ਉਹਨੇ ਕਿਹਾ ਤੂੰ ਇਹ ਕਰ ਔਰ ਮੈਂ ਤੁਹਾਨੂੰ ਜ਼ਮੀਨ ਦਿੰਦੀ ਹਾਂ, ਉੱਥੇ ਬਿਲਡਿੰਗ ਬਣਾ। ਮੈਂ ਕਿਹਾ ਮੇਰੇ ਕੋਲ ਨਹੀਂ ਬਣਦੀ ਬਿਲਡਿੰਗਾਂ ਸ਼ਿਲਡਿੰਗਾਂ। ਉਹ ਕਹਿੰਦੇ ਨਹੀਂ, ਬਿਲਡਿੰਗ ਸਾਡੀ ਮਿਨਿਸਟਰੀ ਬਣਾ ਦੇਗੀ। ਔਰ ਉਹਨੂੰ ਬੁਲਾਇਆ ਉਹਨੇ ਆਪਣੇ ਆਫਿਸਰ ਨੂੰ ਔਰ ਕਿਹਾ 1.5 ਏਕੜ ਜ਼ਮੀਨ ਇਹਨੂੰ ਅਲੋਟ ਕਰ ਦਿਓ। ਇੱਥੇ ਜੰਗਲ ਹੁੰਦਾ ਸੀ ਸਾਰਾ, ਉਹ ਸੜਕ ਹੈਗੀ ਹੈ ਸ੍ਰੀ ਫੋਰਟ ਰੋਡ ਤੋਂ ਲੈ ਕੇ ਪੰਚੀਲ ਤੱਕ, ਇਹ ਸਾਰਾ ਜੰਗਲ ਸੀ।
ਅਤੇ ਜੰਗਲ ਦੇ ਵਿੱਚ ਜੰਗਲ ਰੱਖ ਰੱਖ ਕੇ ਉਹਨਾਂ ਬਣਾਏ ਸੀ 12 ਇੰਸਟੀਟਿਊਸ਼ਨਸ ਵਿੱਚ, ਜੰਗਲ ਵਿੱਚ ਇੰਸਟੀਟਿਊਸ਼ਨ ਵਿੱਚ, ਜੰਗਲ ਵਿੱਚ ਇੰਸਟੀਟਿਊਸ਼ਨ. ਤਾਂ ਉਹਨੇ ਕਿਹਾ ਇਹ ਕਿਹਨੂੰ ਅਲੋਟ ਕਰ ਦਿਓ. ਤਾਂ 1.5 ਏਕੜ ਦਾ ਇੱਕ ਮੈਨੂੰ ਅਲੋਟ ਹੋ ਗਿਆ. ਮੈਂ ਕਿਹਾ ਮੈਂ ਇਹਦਾ ਕੀ ਕਰਾਂ? ਖੈਰ ਹਾਲੇ ਪਿਆ ਹੀ ਹੋਇਆ ਸੀ ਅਤੇ ਉਹ ਸਰਕਾਰ ਉਲਟ ਗਈ, ਇੰਦਰਾ ਗਾਂਧੀ ਉਲਟ ਗਈ ਔਰ ਦੂਜੀ ਸਰਕਾਰ ਆ ਗਈ. ਉਹਨਾਂ ਕਿਹਾ ਹਾਲੇ ਜਿਸ ਤਰ੍ਹਾਂ ਹੈ ਉਸ 'ਤੇ ਥੋੜ੍ਹਾ ਰਹਿਣ ਦਿਓ ਅਤੇ ਹਾਲੇ ਕਿਸੇ ਨੂੰ ਹਵਾਲੇ ਨਾ ਕਰੋ. ਹਾਲੇ 2 ਹੀ ਹੋਏ ਸੀ ਅਲੋਟ, ਇੱਕ ਹਮਦਰਦ ਨੂੰ ਅਤੇ ਇੱਕ ਸਾਨੂੰ. ਉਹਨਾਂ ਕਿਹਾ ਇੱਥੇ ਹੀ ਰੋਕ ਦਿਓ ਇਹ ਕੰਮ. ਰੁਕ ਗਿਆ. ਫਿਰ ਦੁਬਾਰਾ ਆਈ ਇੰਦਰਾ ਗਾਂਧੀ. ਫਿਰ ਅਸੀਂ ਕਿਹਾ ਕਿ ਹੁਣ ਸਾਡਾ ਕਿੱਥੇ ਦੇ ਹਮਦਰਦ ਵਾਲਿਆਂ ਨੇ ਤਾਂ ਨੱਠ ਭੱਜ ਕਰਕੇ ਉਹਨਾਂ 'ਤੇ 30 ਏਕੜ ਲੈ ਲਿਆ. ਉੱਥੇ ਬਤਰਾ ਤੋਂ ਗਏ ਯੂਨੀਵਰਸਿਟੀ ਬਣਾ ਲਏ. ਅਤੇ ਮੈਂ ਕਿਹਾ ਸ਼ੁਕਰ ਹੈ ਮੁਸੀਬਤ ਖਤਮ ਹੋਈ ਹੈ. ਇਹ ਕੌਣ ਬਣਾਉਂਦਾ ਬਿਲਡਿੰਗਾਂ ਅਤੇ ਕੌਣ ਮੁਸੀਬਤ ਕਰਦਾ? ਸੋ ਮੈਂ ਪਰਸੂ ਨਹੀਂ ਕੀਤਾ. 10 ਸਾਲ ਬਾਅਦ ਆਇਆ ਇੱਕ ਚਿੱਠੀ ਕਿ ਤੁਸੀਂ ਨਾ ਕਰਦੇ ਹੋ ਅਤੇ ਅਸੀਂ ਫਾਈਲ ਬੰਦ ਕਰ ਦਈਏ. ਨਾ ਤੁਸੀਂ ਲੈਂਦੇ ਹੋ, ਨਾ ਤੁਸੀਂ ਆਉਂਦੇ ਹੋ, ਨਾ ਤੁਸੀਂ ਉਹਨੂੰ ਪਰਸੂ ਕਰਦੇ ਹੋ. ਅਤੇ ਉਹ ਫਿਰ ਮੈਂ ਚਲੀ ਗਈ. ਮੈਂ ਕਿਹਾ ਅੱਛਾ ਦੱਸੋ ਕੀ ਦਿੰਦੇ ਹੋ ਤੁਸੀਂ, ਕਿੱਥੇ ਦਿੰਦੇ ਹੋ? ਉਹਨਾਂ ਕਿਹਾ ਜੀ ਜੇ ਤਾਂ ਲੈਣਾ 1.5 ਏਕੜ ਆਪਣਾ ਅਤੇ ਉੱਥੇ ਹੀ ਹਮਦਰਦ ਦੇ ਨਾਲ, ਔਰ ਜੇ ਮੈਂ ਕਿਹਾ ਉਸ ਤੋਂ ਘੱਟ ਨਹੀਂ ਕੋਈ. ਸਾਰੇ ਹੱਸਦੇ ਸੀ ਕਿ ਜਿਹੜੇ ਸਾਰੇ ਨੇ ਉਹ ਕਹਿੰਦੇ ਨੇ ਵੱਧ ਦਿਓ, ਇਹ ਕਹਿੰਦੀ ਹੈ ਘੱਟ ਦਿਓ. ਅਤੇ ਉਹਨਾਂ ਕਿਹਾ ਕੁਤਬ ਇੰਸਟੀਟਿਊਸ਼ਨਲ ਏਰੀਆ ਦੇ ਵਿੱਚ 1.5 ਏਕੜ ਹੈਗਾ. ਮੈਂ ਕਿਹਾ ਉਸ ਤੋਂ ਘੱਟ ਇੱਥੇ ਹੈਗਾ 1000 ਗਜ਼. ਮੈਂ ਚਲੋ ਇਹੀ ਉਹ ਠੀਕ ਹੈ. ਉਹ ਵੇਚਿਆ ਫਟਾਫਟ ਜਿਹੜੇ ਸਕੇ ਦੇ ਸੀ ਮੇਰਾ ਫਲੈਟ, ਅਤੇ ਇਹਦੇ ਪੈਸੇ ਦਿੱਤੇ ਔਰ ਇਹ ਲੈ ਲਿਆ. ਫਿਰ ਇਹਦਾ ਬਣਾਉਣਾ ਸ਼ੁਰੂ ਹੋਇਆ. 8 ਸਾਲ ਲੱਗੇ ਸਾਨੂੰ ਬਣਾਉਂਦਿਆਂ, ਕਿਉਂਕਿ ਬਣਾਉਣ ਵੇਲੇ ਪੈਸੇ ਕਿੱਥੋਂ ਆਉਣ? ਬੜੀ ਸਟਰਗਲ ਕੀਤੀ. ਉਹ ਇੱਕ ਇੱਕ ਪੈਂਡਿੰਗ ਵਿਕਦੀ ਸੀ ਅਤੇ ਚੱਲ ਆ ਜਾਓ, ਬਿਲਡਰਾਂ ਨੂੰ ਕਹਿੰਦਾ ਸੀ ਆ ਜਾਓ, ਅਤੇ ਉਹ ਇੰਨਾ ਬਣਾ ਜਾਂਦੇ ਸੀ. ਫਿਰ ਦੂਜੀ ਪੈਂਡਿੰਗ ਵਿਕਦੀ ਸੀ, ਆ ਜਾਓ, ਫਿਰ ਬਣਾ ਜਾਂਦੇ ਸੀ. ਅਤੇ ਉਹ 8 ਸਾਲ ਲੱਗੇ ਸਾਨੂੰ ਇਹ ਬਣਾਉਂਦੇ ਆ ਬਿਲਡਿੰਗ. ਹੁਣ ਬਿਲਡਿੰਗ ਬਣ ਗਈ ਹੈ. ਉਹ ਸਕੂਲ ਅਸੀਂ ਇੱਥੇ ਲੈ ਆਏ ਹਾਂ, ਥੱਲੇ ਹੈਗਾ ਸਕੂਲ. ਉਹ ਸਕੂਲ ਅਸੀਂ ਇੱਥੇ ਲੈ ਆਏ ਹਾਂ, ਉਹ ਜਿਹੜਾ ਗਰੀਬ ਕੁੜੀਆਂ ਦਾ. ਅਤੇ ਉਹ ਸਲਮਸ ਬੜੇ ਦੂਰ ਦੂਰ ਹੋ ਗਏ ਨੇ, ਅਤੇ ਉਹ ਸਲਮਸ ਤੋਂ ਭੇਜਣ ਵਾਸਤੇ ਮਾਪੇ ਜਿਹੜੇ ਨੇ ਉਹ ਰਾਜ਼ੀ ਨਹੀਂ ਹੁੰਦੇ. ਉਹ ਕਹਿੰਦੇ ਨੇ ਬੱਸਾਂ ਜਾਣਗੀਆਂ, ਮੁੰਡੇ ਛੇੜਨਗੇ. ਉਹ ਅਸੀਂ ਫਿਰ ਆਪਣੀਆਂ ਬੱਸਾਂ ਹਾਇਰ ਕੀਤੀਆਂ ਹੋਈਆਂ ਕਿਰਾਏ 'ਤੇ, ਅਤੇ ਸਾਡੀਆਂ ਬੱਸਾਂ ਜਾਂਦੀਆਂ ਨੇ, ਉਹਨਾਂ ਨੂੰ ਸਵੇਰੇ ਚੁੱਕ ਲੈਂਦੀਆਂ ਨੇ. ਉਹ ਸਾਰਾ ਦਿਨ ਨਹੀਂ ਕੁੜੀਆਂ ਰਹਿ ਸਕਦੀਆਂ, ਕਿਉਂਕਿ ਉਹ ਲੋਕਾਂ ਦੇ ਘਰ ਭਾਂਡੇ ਵੀ ਮਾਂਜਦੀਆਂ ਨੇ, ਉਹ ਲੋਕਾਂ ਦੇ ਘਰ ਕੰਮ ਵੀ ਕਰਦੀਆਂ ਨੇ, ਉਹਨਾਂ ਨੂੰ ਆਪਣੇ ਪੈਸੇ ਵੀ ਕਮਾਉਣੇ ਹੁੰਦੇ ਨੇ, ਅੱਧਾ ਦਿਨ ਰਹਿੰਦੀਆਂ ਨੇ. ਅਤੇ ਸਵੇਰੇ 10 ਵਜੇ ਜਿਹੜੀ ਬੱਸ ਆਉਂਦੀ ਹੈ ਉਹ ਰਹਿੰਦੀ ਹੈ 2 ਵਜੇ ਤੱਕ. 2 ਵਜੇ ਜਿਹੜੀਆਂ ਬੱਸਾਂ ਆਉਂਦੀਆਂ ਨੇ ਉਹ ਰਹਿੰਦੀਆਂ ਨੇ 5 ਵਜੇ ਤੱਕ. ਸੋ 3 ਘੰਟੇ 10:30 ਆਉਂਦੀ ਹੈ ਬੱਸ, 10:30 ਤੋਂ 2 ਵਜੇ ਤੱਕ, ਫਿਰ 2 ਵਜੇ ਤੋਂ 5 ਵਜੇ ਤੱਕ. ਸੋ ਇਹ 2 ਬੈਚਸ ਵਿੱਚ ਆਉਂਦੀਆਂ ਨੇ ਕੁੜੀਆਂ. ਸੋ ਇੱਕ ਤਾਂ ਉਹ ਕੁੜੀਆਂ ਦਾ ਸਕੂਲ ਹੈ ਇੱਥੇ ਜੀ, ਕੰਪਿਊਟਰ ਤੋਂ ਲੈ ਕੇ ਇੰਗਲਿਸ਼ ਸਪੀਕਿੰਗ ਕੋਰਸਿਸ ਤੱਕ, ਨਿਟਿੰਗ, ਸਟਿਚਿੰਗ, ਟੇਲਰਿੰਗ, ਬਿਊਟੀਸ਼ੀਅਨ ਦਾ ਕੋਰਸ, ਬਿਊਟੀ ਕਲਚਰ, ਸਭ ਕੁਝ ਅਸੀਂ ਸਿਖਾਉਂਦੇ. ਔਰ ਇੱਥੇ ਵੇ ਕਿ 6 ਮਹੀਨੇ ਦਾ ਕੋਰਸ ਕਰਕੇ ਇਹਨਾਂ ਨੂੰ ਨੌਕਰੀ ਮਿਲ ਜਾਂਦੀ. ਸੋ ਇਹਨਾਂ ਵਾਸਤੇ ਮਤਲਬ ਜਿਹੜਾ ਕਿੱਥੇ ਭਾਂਡੇ ਮਾਂਜਣੇ ਲੋਕਾਂ ਦੇ, ਔਰ ਕਿੱਥੇ ਇੱਕ ਪਾਰਲਰ ਦੇ ਵਿੱਚ ਨੌਕਰੀ ਮਿਲ ਜਾਂਦੀ. ਹਾਂ, ਨੌਕਰੀ ਵਾਸਤੇ. ਹਾਂ ਹਾਂ